ਪਾਣੀ ਵਾਲੇ ਟੈਂਕਰ ਦੇ ਹੇਠਾਂ ਆਉਣ ਦੇ ਨਾਲ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ। ਦੱਸ ਦਈਏ ਕਿ ਟੈਂਕਰ ਜੋ ਹੈ ਔਰਤ ਦੇ ਸਿਰ ਦੇ ਉੱਪਰੋਂ ਹੀ ਲੰਘ ਗਿਆ, ਜਿਸ ਦੇ ਕਾਰਨ ਖੋਪੜੀ ਦੇ ਵੀ ਕਈ ਹਿੱਸੇ ਕਰ ਦਿੱਤੇ ਗਏ ਨੇ। ਤਾਂ ਹਾਦਸਾ CCTV 'ਚ ਵੀ ਕੈਦ ਹੋਇਆ, ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਟੈਂਕਰ ਨਜ਼ਰ ਜ਼ਰੂਰ ਆ ਰਿਹਾ ਹੋਵੇਗਾ। ਅਤੇ ਜਿਵੇਂ ਹੀ ਇਹ ਸਪੀਡ ਬ੍ਰੇਕਰ ਨੂੰ ਕਰੋਸ ਕਰਦਾ ਹੈ ਤਾਂ ਉਸ ਤੋਂ ਬਾਅਦ ਇੱਕ ਸਕੂਟੀ ਜੋ ਸਫੈਦ ਰੰਗ ਦੀ ਹੈ ਉਸ 'ਤੇ ਸਵਾਰ ਇੱਕ ਵਿਅਕਤੀ ਅਤੇ ਇੱਕ ਔਰਤ ਜਿਵੇਂ ਹੀ ਇਸ ਨੂੰ ਓਵਰਟੇਕ ਕਰਨ ਲੱਗਦੇ ਨੇ ਤਾਂ ਸਾਹਮਣੇ ਤੋਂ ਇੱਕ ਆਟੋ ਆ ਜਾਂਦਾ, ਜਿਸ ਤੋਂ ਬਾਅਦ ਸਕੂਟੀ ਸਵਾਰ ਦਾ ਸੰਤੁਲਨ ਵਿਗੜ ਜਾਂਦਾ ਅਤੇ ਜੋ ਪਿੱਛੇ ਔਰਤ ਬੈਠੀ ਹੁੰਦੀ ਹੈ ਉਹ ਸਿੱਧਾ ਹੀ ਟਰੱਕ ਦੇ ਪਿਛਲੇ ਟਾਇਰਾਂ ਦੇ ਕੋਲ ਜਾ ਕੇ ਗਿਰ ਜਾਂਦੀ ਹੈ, ਜਿਸ ਤੋਂ ਬਾਅਦ ਟੈਂਕਰ ਉਸਦੇ ਉੱਪਰੋਂ ਹੀ ਹੁੰਦਾ ਹੋਇਆ ਨਿਕਲ ਜਾਂਦਾ, ਜਿਸ ਦੇ ਵਿੱਚ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਬੇਹੱਦ ਰੋਂਗਟੇ ਖੜ੍ਹੇ ਕਰ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਮੁੰਬਈ ਤੋਂ, ਜਿੱਥੇ ਕਿ ਇੱਕ ਟੈਂਕਰ ਨੇ ਇੱਕ ਔਰਤ ਦਾ ਸਿਰ ਹੀ ਮਿੱਧ ਕੇ ਰੱਖ ਦਿੱਤਾ, ਜਿਸ ਦੇ ਕਾਰਨ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਮੁੰਬਈ ਤੋਂ ਇਹ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸਕੂਟੀ ਦੇ ਉੱਤੇ ਸਵਾਰ ਹੋ ਕੇ ਵਿਅਕਤੀ ਅਤੇ ਔਰਤ ਜਾ ਰਹੇ ਹੁੰਦੇ ਨੇ, ਟੈਂਕਰ ਜੋ ਹੈ ਪਾਣੀ ਵਾਲਾ ਬਿਲਕੁਲ ਕੋਲ ਹੁੰਦਾ ਹੈ ਅਤੇ ਅਚਾਨਕ ਹੀ ਜਿਵੇਂ ਹੀ ਉਹ ਸਫੈਦ ਸਕੂਟੀ ਸਵਾਰ ਟੈਂਕਰ ਨੂੰ ਓਵਰਟੇਕ ਕਰਨ ਲੱਗਦਾ ਹੈ ਤਾਂ ਟੈਂਕਰ ਦੇ ਕੋਲ ਜਾ ਕੇ ਸਕੂਟੀ ਆਪਣਾ ਸੰਤੁਲਨ ਖੋ ਬੈਂਦੀ ਹੈ, ਜਿਸ ਤੋਂ ਬਾਅਦ ਦੋਵੇਂ ਹੀ ਹੇਠਾਂ ਗਿਰ ਜਾਂਦੇ ਨੇ। ਹਾਲਾਂਕਿ ਵਿਅਕਤੀ ਸੜਕ ਦੇ ਦੂਜੇ ਪਾਸੇ ਗਿਰਦਾ ਹੈ ਅਤੇ ਜੋ ਔਰਤ ਹੈ ਉਹ ਬਿਲਕੁਲ ਹੀ ਟੈਂਕਰ ਦੇ ਟਾਇਰਾਂ ਦੇ ਕੋਲ ਗਿਰ ਜਾਂਦੀ ਹੈ, ਜਿਸ ਤੋਂ ਬਾਅਦ ਟੈਂਕਰ ਚਾਲਕ ਨੂੰ ਇਸ ਦੇ ਬਾਰੇ ਪਤਾ ਨਹੀਂ ਚੱਲ ਪਾਉਂਦਾ। ਜਦੋਂ ਤੱਕ ਟੈਂਕਰ ਰੁਕਦਾ ਉਦੋਂ ਤੱਕ ਜੋ ਪਿਛਲਾ ਟਾਇਰ ਸੀ ਔਰਤ ਦੇ ਸਿਰ ਦੇ ਉੱਪਰੋਂ ਲੰਘ ਗਿਆ ਸੀ। ਹਾਲਾਂਕਿ ਮੌਕੇ 'ਤੇ ਮੌਜੂਦ ਲੋਕਾਂ ਦੇ ਵੱਲੋਂ ਟੈਂਕਰ ਚਾਲਕ ਨੂੰ ਇਸ਼ਾਰਾ ਦਿੱਤਾ ਗਿਆ, ਜਿਸ ਤੋਂ ਬਾਅਦ ਇਹ ਟੈਂਕਰ ਰੁਕਦਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਔਰਤ ਦੀ ਜਾਨ ਚਲੀ ਗਈ ਹੈ। ਪਾਣੀ ਵਾਲੇ ਟੈਂਕਰ ਦੇ ਹੇਠਾਂ ਆਉਣ ਦੇ ਨਾਲ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ। ਦੱਸ ਦਈਏ ਕਿ ਟੈਂਕਰ ਜੋ ਹੈ ਔਰਤ ਦੇ ਸਿਰ ਦੇ ਉੱਪਰੋਂ ਹੀ ਲੰਘ ਗਿਆ, ਜਿਸ ਦੇ ਕਾਰਨ ਖੋਪੜੀ ਦੇ ਵੀ ਕਈ ਹਿੱਸੇ ਕਰ ਦਿੱਤੇ ਗਏ ਨੇ। ਤਾਂ ਹਾਦਸਾ CCTV 'ਚ ਵੀ ਕੈਦ ਹੋਇਆ, ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਟੈਂਕਰ ਨਜ਼ਰ ਜ਼ਰੂਰ ਆ ਰਿਹਾ ਹੋਵੇਗਾ ਅਤੇ ਜਿਵੇਂ ਹੀ ਇਹ ਸਪੀਡ ਬ੍ਰੇਕਰ ਨੂੰ ਕਰੋਸ ਕਰਦਾ ਹੈ ਤਾਂ ਉਸ ਤੋਂ ਬਾਅਦ ਇੱਕ ਸਕੂਟੀ ਜੋ ਸਫੈਦ ਰੰਗ ਦੀ ਹੈ ਉਸ 'ਤੇ ਸਵਾਰ ਇੱਕ ਵਿਅਕਤੀ ਅਤੇ ਇੱਕ ਔਰਤ ਜਿਵੇਂ ਹੀ ਇਸ ਨੂੰ ਓਵਰਟੇਕ ਕਰਨ ਲੱਗਦੇ ਨੇ ਤਾਂ ਸਾਹਮਣੇ ਤੋਂ ਇੱਕ ਆਟੋ ਆ ਜਾਂਦਾ, ਜਿਸ ਤੋਂ ਬਾਅਦ ਸਕੂਟੀ ਸਵਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਜੋ ਪਿੱਛੇ ਔਰਤ ਬੈਠੀ ਹੁੰਦੀ ਹੈ ਉਹ ਸਿੱਧਾ ਹੀ ਟਰੱਕ ਦੇ ਪਿਛਲੇ ਟਾਇਰਾਂ ਦੇ ਕੋਲ ਜਾ ਕੇ ਗਿਰ ਜਾਂਦੀ ਹੈ, ਜਿਸ ਤੋਂ ਬਾਅਦ ਟੈਂਕਰ ਉਸਦੇ ਉੱਪਰੋਂ ਹੀ ਹੁੰਦਾ ਹੋਇਆ ਨਿਕਲ ਜਾਂਦਾ, ਜਿਸ ਦੇ ਵਿੱਚ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਬੇਹੱਦ ਰੋਂਗਟੇ ਖੜ੍ਹੇ ਕਰ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਮੁੰਬਈ ਤੋਂ, ਜਿੱਥੇ ਕਿ ਇੱਕ ਟੈਂਕਰ ਨੇ ਇੱਕ ਔਰਤ ਦਾ ਸਿਰ ਹੀ ਮਿੱਧ ਕੇ ਰੱਖ ਦਿੱਤਾ ਹੈ, ਜਿਸ ਦੇ ਕਾਰਨ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਮੁੰਬਈ ਤੋਂ ਇਹ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸਕੂਟੀ ਦੇ ਉੱਤੇ ਸਵਾਰ ਹੋ ਕੇ ਵਿਅਕਤੀ ਅਤੇ ਔਰਤ ਜਾ ਰਹੇ ਹੁੰਦੇ ਨੇ, ਟੈਂਕਰ ਜੋ ਹੈ ਪਾਣੀ ਵਾਲਾ ਬਿਲਕੁਲ ਕੋਲ ਹੁੰਦਾ ਹੈ ਅਤੇ ਅਚਾਨਕ ਹੀ ਜਿਵੇਂ ਹੀ ਉਹ ਸਫੈਦ ਸਕੂਟੀ ਸਵਾਰ ਟੈਂਕਰ ਨੂੰ ਓਵਰਟੇਕ ਕਰਨ ਲੱਗਦਾ ਹੈ ਤਾਂ ਟੈਂਕਰ ਦੇ ਕੋਲ ਜਾ ਕੇ ਸਕੂਟੀ ਆਪਣਾ ਸੰਤੁਲਨ ਖੋ ਬੈਂਦੀ ਹੈ, ਜਿਸ ਤੋਂ ਬਾਅਦ ਦੋਵੇਂ ਹੀ ਹੇਠਾਂ ਗਿਰ ਜਾਂਦੇ ਨੇ। ਹਾਲਾਂਕਿ ਵਿਅਕਤੀ ਸੜਕ ਦੇ ਦੂਜੇ ਪਾਸੇ ਗਿਰਦਾ ਹੈ ਅਤੇ ਜੋ ਔਰਤ ਹੈ ਉਹ ਬਿਲਕੁਲ ਹੀ ਟੈਂਕਰ ਦੇ ਟਾਇਰਾਂ ਦੇ ਕੋਲ ਗਿਰ ਜਾਂਦੀ ਹੈ, ਜਿਸ ਤੋਂ ਬਾਅਦ ਟੈਂਕਰ ਚਾਲਕ ਨੂੰ ਇਸ ਦੇ ਬਾਰੇ ਪਤਾ ਨਹੀਂ ਚੱਲ ਪਾਉਂਦਾ। ਜਦੋਂ ਤੱਕ ਟੈਂਕਰ ਰੁਕਦਾ ਉਦੋਂ ਤੱਕ ਜੋ ਪਿਛਲਾ ਟਾਇਰ ਸੀ ਔਰਤ ਦੇ ਸਿਰ ਦੇ ਉੱਪਰੋਂ ਲੰਘ ਗਿਆ ਸੀ। ਹਾਲਾਂਕਿ ਮੌਕੇ 'ਤੇ ਮੌਜੂਦ ਲੋਕਾਂ ਦੇ ਵੱਲੋਂ ਟੈਂਕਰ ਚਾਲਕ ਨੂੰ ਇਸ਼ਾਰਾ ਦਿੱਤਾ ਗਿਆ, ਜਿਸ ਤੋਂ ਬਾਅਦ ਇਹ ਟੈਂਕਰ ਰੁਕਦਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਔਰਤ ਦੀ ਜਾਨ ਚਲੀ ਗਈ ਹੈ।